के मियाँ साहब तो शरीफ गए ने जी, तो जरा मेरे दिल में तसल्ली हो, जरा इस तरह का इस्तकबाल होना चाहिए। नारे तकबीर, ये बात मुखालिफ से मत गुमरा, ये तो आती है तुझे ऊंचा उड़ाने के लिए है, ये तो आती है तुझे ऊंचा उड़ाने के लिए। जिते गले दे विच बटा हुए हाथ बड़े सोच समझ के पाना पैंदा, जिन्हों पता ही नहीं फिर पिछे कड़ पिछे वार करता है, जिन्हों पता नहीं ना कि गल च बटा है फिर पिछे वार करता है, अगे नहीं आता, ਉਹਨੂੰ ਪਤਾ ਅੱਗੇ ਆਏ ਤੇ ਫਿਰ ਪਹਿਲੇ ਬਹੁਤ ਸਾਰੀਆਂ ਜਾਨਾਂ ਨੇ ਤੇ ਫਿਰ ਦਰਵਾਜ਼ੇ ਆਉਣੇ ਹੈ, ਲੱਗੀ ਵਾਲਿਆਂ ਨੂੰ ਉਮੀਦ ਨਾ ਆਵੇ ਹੈ। ਖੁਦਾ ਦੀ ਕਸਮੇ ਮੀਆਂ ਸਾਹਿਬ ਕਿਹਨਾਂ ਨੂੰ ਮੰਨਣ ਵਾਲੇ ਨੇ, ਕਿਹਨਾਂ ਨੂੰ ਮੰਨਣ, ਅੱਲਾਹ ਵਾਲਿਆਂ ਨੂੰ ਮੰਨਣ ਵਾਲੇ, ਅੱਲਾਹ ਦੇ ਨਬੀ ਨੂੰ ਮੰਨਣ ਵਾਲੇ, ਅੱਲਾਹ ਨੂੰ ਮੰਨਣ ਵਾਲੇ ਨੇ, ਤੇ ਫਿਰ ਅੱਲਾਹ ਪਾਕ ਆਪਣੇ ਬੰਦੇ ਦੀ ਮਾਸ਼ਾਅੱਲਾ ਆਓ ਜੀ ਆਪਣੇ ਬੰਦੇ ਦੀ ਹਿਫਾਜ਼ਤ ਕਰਦਾ ਜੀ। ਇਹ ਸਿਰਫ ਬੰਦਾ ਇਹ ਯਕੀਨ ਕਾਮਲ ਕਰ ਲਵੇ ਕਿ ਸਾਡੇ ਪਿੱਛੇ ਸਾਈਆਂ ਦਾ ਹੱਥ ਹੈ, ਸਾਈਆਂ ਦਾ ਹੱਥ ਹੈ, ਇਹ ਤੋਂ ਥੋੜ੍ਹੀ ਜਿਹੀ ਮਾਹੌਲ ਐਸੇ ਬਣ ਗਏ। ਖੁਦਾ ਦੀ ਕਸਮ ਮੇਰੇ ਜ਼ਿਹਨ 'ਚ ਪਹਿਲੇ ਹੁੰਦਾ ਸੀ ਯਾਰ ਮੀਆਂ ਸਾਹਿਬ ਇਕੱਲੇ ਹੀ ਲਗੇ ਫਿਰਦੇ ਨੇ, ਕੋਈ ਪਰਵਾਹ ਨਹੀਂ ਸੀ ਹੁੰਦੀ ਇਕੱਲੇ ਹੀ, ਲੇਕਿਨ ਇਹ ਤੁੰਦੀ ਇਹ ਬਾਤ ਮੁਖਾਲਫ ਸੇ ਮਤ ਘਬਰਾ, ਕਿ ਤੂੰ ਆਤੀ ਹੈ ਤੁਝੇ ਊਚਾ ਉਡਾਣੇ ਕੇ ਲੀਏ। ਉਹ ਜਿਹੜਾ ਮੁਨਾਫਕ ਇਹ ਸਮਝਦਾ ਸੀ ਇੱਜ਼ਤ ਘਟਾ ਦਾਂਗੇ, ਤੇ ਜਿਹਦੀ ਰੱਬ ਵਧਾਵੇ ਉਹਨੂੰ ਕੌਣ ਘਟਾ ਸਕਦਾ ਹੈ, ਜਿਹਦੀ ਰੱਬ ਇੱਜ਼ਤ ਵਧਾਏ। ਤੇ ਥੋੜ੍ਹੀ ਜਿਹੀ ਮੁਨਾਫਕਤ ਹੋਈ ਹੈ, ਲੇਕਿਨ ਖੁਦਾ ਦੀ ਕਸਮ ਇੱਜ਼ਤ ਹੋਰ ਵੱਧ ਗਈ, ਵਧੀ ਕਿ ਨਹੀਂ ਵਧੀ, ਇੱਜ਼ਤ ਹੋਰ ਵੱਧ ਗਈ ਹੈ। ਕਿਉਂ? ਅੱਲਾਹ ਪਾਕ ਦੇ ਫਜ਼ਲ ਦੇ ਨਾਲ ਅਸੀਂ ਉਸ ਨਬੀ ਦੇ ਮੰਨਣ ਵਾਲੇ ਹਾਂ ਜਿਹਨੂੰ ਇੱਕ ਦਫ਼ਾ ਕਾਫਰ ਵੇਖ ਲਵੇ, ਜਿਹਨੂੰ ਇੱਕ ਦਫ਼ਾ ਗੈਰ ਵੇਖ ਲਵੇ, ਅਸੀਂ ਉਸ ਨਬੀ ਦੇ ਮੰਨਣ ਵਾਲੇ। ਨਬੀ ਤੇ ਬਹੁਤ ਉੱਚੀ ਹਸਤੀ। ਮੈਂ ਤੁਸੀਂ ਸਿਆਲਕੋਟ ਜਾਣਾ ਸੀ ਮੀਆਂ ਸਾਹਿਬ ਦੇ ਨਾਲ, ਤੇ ਮੀਆਂ ਸਾਹਿਬ ਇੱਥੇ ਮਸਜਿਦ ਦਾ ਇਫਤਿਤਾਹ ਨਾ, ਬਸ ਇੱਕ ਬਸ ਕੋਈ ਯਾਰਾਂ ਦੀਆਂ ਗੱਲਾਂ ਹੁੰਦੀਆਂ ਨੇ, ਤੇ ਮੈਂ ਸਿਰਫ ਮੁਹੱਬਤ ਦੀ ਗੱਲ ਦੱਸਣ ਲੱਗਾ। ਤੇ ਮਸਰੂਫੀਅਤ ਦੀ ਵਜ੍ਹਾ ਤੋਂ ਮੈਨੂੰ ਤਲਾਕ ਨਹੀਂ ਪਹੁੰਚੀ। ਅਗਲੇ ਦਿਨ ਅਸੀਂ ਸਿਆਲਕੋਟ ਜਾਣਾ ਸੀ, ਤੇ ਮੈਂ ਥੋੜ੍ਹਾ ਜਿਹਾ ਨਾਰਾਜ਼ਗੀ ਦਾ ਇਜ਼ਹਾਰ ਕੀਤਾ। ਹੁਣ ਦੇਖੋ ਮੁਹੱਬਤ ਦਾ ਇਹ ਆਲਮ, ਮੇਰੀ ਕੀ ਪਰਵਾਹ ਮੀਆਂ ਸਾਹਿਬ ਨੂੰ ਹੈ, ਮੈਂ ਤੇ ਕਿਸੇ ਹਿਸਾਬ ਦੇ ਨਾਲ ਆਪ ਦੇ ਨਾਲ ਮੇਰਾ ਜੋੜ ਹੀ ਨਹੀਂ, ਲੇਕਿਨ ਇਹਨਾਂ ਦੀ ਮੁਹੱਬਤ ਹੈ ਇਸੇ ਤਰ੍ਹਾਂ ਸਾਡੇ ਨਾਲ ਪਿਆਰ ਕਰਦੇ। ਹੁਣ ਦੇਖੋ ਉਸੇ ਟਾਈਮ ਮੈਂ ਕਿਹਾ ਜੀ ਤੁਸੀਂ ਮਸਜਿਦ ਵਾਸਤੇ ਮੈਂ ਨਹੀਂ ਬੁਲਾਇਆ ਨਾ, ਤੇ ਕਹਿੰਦੇ ਵੀ ਸਾਹਿਬ ਫੋਨ ਬੰਦ ਕਰੋ, ਮੈਂ ਹੁਣੇ ਹਾਜ਼ਰ ਹੁੰਦਾ ਜੀ, ਹੈ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਹੁਣੇ ਹਾਜ਼ਰ ਹੁੰਦਾ। ਹੁਣ ਦੇਖੋ ਅਗਲੇ ਦਿਨ ਇੰਨੀ ਮਸਰੂਫੀਅਤ, ਮੈਨੂੰ ਦੇਖੋ ਨਾ ਅੱਲਾਹ ਵਾਲੇ ਉਹ ਵਕਤ ਯਾਦ ਰੱਖਦੇ ਨੇ, ਜੀ ਦਿਲੋਂ ਦੁਆ ਲੈਣਾ ਕੋਈ ਸੌਖਾ ਕੰਮ ਨਹੀਂ ਹੈ, ਬੰਦਾ ਸਾਰੀ ਉਮਰ ਖੁਦਾ ਦੀ ਕਸਮੇ ਲੱਗਾ ਰਹਿੰਦਾ, ਸਾਰੀ ਉਮਰ ਲੱਗਾ ਰਹਿੰਦਾ, ਤੇ ਜੇ ਫਾਰਮੂਲੇ ਦਾ ਹੀ ਨਹੀਂ ਪਤਾ ਉਹ ਫਿਰ ਕਾਮਯਾਬੀ ਨਹੀਂ ਹੁੰਦੀ ਜੀ। ਅਗਲੇ ਦਿਨ ਹੁਣ ਇੰਨੀ ਮਸਰੂਫੀਅਤ ਦੇ ਵਿੱਚ ਉਹ ਮੀਆਂ ਸਾਹਿਬ ਟਾਈਮ ਕੱਢ ਕੇ ਪਹਿਲੇ ਮੇਰੇ ਕੋਲ ਆਏ ਨੇ, ਕਿ ਜੀ ਅੱਲਾਹ ਵਾਲੇ ਨੇ ਤੇ ਅੱਲਾਹ ਵਾਲੇ ਦਿਲ 'ਚ ਕੋਈ ਗੱਲ ਨਾ ਆ ਜਾਵੇ ਯਾਰ, ਕਾਮਯਾਬੀਆਂ ਕਿਵੇਂ ਨਾ ਕਦਮ ਚੁੰਮਣ, ਨਾ ਵੀ ਆਉਂਦੇ ਤੇ ਕੋਈ ਮਸਲਾ ਨਹੀਂ ਸੀ, ਲੇਕਿਨ ਖੁਦਾ ਦੀ ਕਸਮੇ ਦਿਲ 'ਚ ਮੇਰਾ ਤੇ ਨਹੀਂ, ਰੱਬ ਦਾ ਖੌਫ ਤੇ ਹੈ ਨਾ ਕੀ ਹੈ, ਰੱਬ ਦਾ ਖੌਫ ਤੇ ਹੈ ਕਿ ਯਾਰ ਇਹ ਬੰਦਾ ਅੱਲਾਹ ਅੱਲਾਹ ਕਰਦਾ ਹੈ, ਅੱਲਾਹ ਵਾਲਾ ਹੈ, ਤੇ ਮੈਂ ਇੰਨਾ ਹੈਰਾਨ ਹੋਇਆ। ਉਸ ਵਕਤ ਤੁਸੀਂ ਦੇਖੋ ਜੋ ਸੀਨੇ ਦੇ ਅੰਦਰੋਂ ਦਵਾ ਨਿਕਲੀ ਹੋਣੀ ਉਹਦਾ ਅੰਦਾਜ਼ਾ ਜਾਂ ਮੀਆਂ ਸਾਹਿਬ ਨੂੰ ਪਤਾ ਜਾਂ ਮੈਨੂੰ ਪਤਾ ਹੈ। ਇਹ ਸਿਰਫ ਇੱਕ ਮੁਹੱਬਤ ਦੀ ਗੱਲ ਹੁੰਦੀ ਹੈ ਕਿ ਮੰਨਣ ਵਾਲੇ ਖੁਦਾ ਦੀ ਕਸਮ ਹੈ ਤੂੰ ਦਿਲੋਂ ਤੈਨੂੰ ਸਮਝ ਲੱਗ ਜਾਵੇ ਕਿ ਅੱਲਾਹ ਨੇ ਸਾਡੇ ਉੱਤੇ ਕਿਹੜਾ ਕਰਮ ਕੀਤਾ। ਇਹ ਕਾਫਲਾ, ਇਹ ਤਾਰਿਕ ਨਾਮ ਦਾ ਕਾਫਲਾ ਮਦੀਨੇ ਸ਼ਰੀਫ ਆਇਆ, ਉਹ ਮਦੀਨੇ ਸ਼ਰੀਫ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੇ ਪੜਾਅ ਕੀਤਾ। ਹੁਣ ਉਸ ਕਾਫਲੇ ਦੇ ਅੰਦਰ ਇੱਕ ਬਹੁਤ ਪਿਆਰਾ ਖੂਬਸੂਰਤ ਇੱਕ ਊਂਠ ਸੀ, ਤੇ ਮੇਰੇ ਨਬੀ ਆਪ ਸੁਬਾਹ ਦੇ ਟਾਈਮ ਆਪ ਸੈਰ ਕਰਨ ਵਾਸਤੇ ਨਿਕਲੇ ਨੇ। ਹੁਣ ਘਰੋਂ ਇਸ ਨੀਅਤ ਨਾਲ ਨਹੀਂ ਨਿਕਲੇ ਕਿ ਮੈਂ ਕੋਈ ਖਰੀਦੋ ਫਰੋਖਤ ਕਰਨੀ ਹੈ, ਆਪ ਸਿਰਫ ਵਾਕ ਕਰਨ ਵਾਸਤੇ ਨਿਕਲੇ ਸਰਕਾਰ ਮਦੀਨੇ ਸ਼ਰੀਫ ਦੇ ਅੰਦਰ। ਉਸ ਕਾਫਲੇ ਦੇ ਕੋਲੋਂ ਗੁਜ਼ਰ ਹੋਇਆ, ਉਸ ਕਾਫਲੇ ਦੇ ਅੰਦਰ ਇੱਕ ਊਂਠ ਸੀ, ਉਹ ਸੁਰਖ ਰੰਗ ਦਾ ਊਂਠ ਮੇਰੇ ਨਬੀ ਨੂੰ ਪਸੰਦ ਆ ਗਿਆ, ਸਰਕਾਰ ਨੂੰ ਊਂਠ ਪਸੰਦ ਆ ਗਿਆ। ਤਿੰਨ ਬੰਦੇ ਖੜੇ ਸਨ, ਤਿੰਨ ਬੰਦੇ ਖੜੇ, ਆਪ ਨੇ ਉਹਨਾਂ ਦੇ ਕੋਲ ਗਏ, ਆਪ ਨੇ ਫਰਮਾਇਆ ਵੀ ਇਹ ਊਂਠ ਵੇਚਣਾ ਹੈ, ਉਹ ਕਿਹਾ ਜੀ ਵੇਚਣਾ ਹੈ।
ऊंट वेचन का ते कह दिता, लेकिन चेहरा मुस्तफा जो वेखिया है काफर सन, ते तिना बंदे जो किसे दी जी जरूरत पई कि जी पैसे का भी पूछिए रेट की गल भी करिए। जो चेहरा मुस्तफा देखा उन्होंने क्या वेचना है, आपने ऊंट की मुहार फड़ी, अरे बिलाल नु फड़ाई, आन मैं बिलाल है ऊंट घर लेके चल, फिर मैं भी तेनो अगले दिन तेनो सुबह तेरे पैसे पहुंच जंदे। ना खुदा दी कसम पैसे डिसाइड होए, ना रेट डिसाइड होया, सिर्फ चेहरा मुस्तफा देखा वो किन बंदे खलोते ने, ऊंट चले गया घर। चौथा बंदा आया, उन्होंने आके क्या भी ऊंट जीते, उन्होंने कहा जी ऊंट से वो लै गए ने, उन्होंने कहा कौन लै गए, उन्होंने कहा यार सानू पता कोई नहीं, उन्होंने कहा तानू पता ही कोई नहीं, पता ही कोई नहीं, तो एडा महंगा ऊंट दे दिता। वो चौथे बंदे उन्होंने कहा यार ऊंट दिता किवें, एक बंदा बोलिया, उन्होंने कहा जरा शख्स यार ऊंट लै गया ना, दूसरा बंदा हुण सौदा की करदा, उन्हें यार जिहड़ियां जुल्फां दे कुंडल सन वो मैनूं बड़े प्यारे लग रहे सन, हैरान हो गया। वो तीसरा बोलिया, उन्हें कहा यार ऐसिया अखा मैं जिंदगी च वेखी ही कोई नहीं है। हुण तीन ही बंदे हैरान हो गए कि यार ना सौदा कीता है, खुदा दी कसम है गल हो रही है, गल हो रही है। हुण काफिले दा सुपा सलार, काफले का जरा सरबराह से बेगम अंदर गल सुन गई पी, वह बंदे तीनों ही बड़े हैरान हो गए, तीन दे हो गए ऊंट से चले गया। वो कहते यार हम पैसे किवें आएंगे, वह बड़े मुतजलजल हो गए, वो पैसे किवें आएंगे। अंदरों खेमे के आवाज आई, खेमे चो आवाज आई, वह जो खिलाफ थोड़ा जहा सोच लगे, अंदरों खेमे चो उस अमीर की बेगम जो वही काफला थी उसकी आवाज आई, उन्होंने कहा खबरदार हो जरा शख्स आया जो पहले गल नहीं करनी। आसमान अगे हो जाता सी, जो पिछे आसमान पिछे जाता सी, इधर चलता सी आसमान इधर चले जाता सी, माई कहते कोई आम मसी नहीं सी, पैसे मेरे को ले लेना, लेकिन ओके खिलाफ बोलना नहीं तुसी। अगले दिन की सुबह आया, सरकार ने बिलाल नूं भेजा कि उन्होंने पैसे दे के आओ, नाल कुछ खजूरां दे के आओ। हजरत बिलाल आपको पैसे लेके आए, नाल खजूरां दित्तियां। हुण ओ काफला तीन बंदे ने देखिया, चौथे बंदे ने वेख्या नहीं, तीन बंदे ने मेरे नबी दी ज़ियारत कीती, वो ज़ियारत कीती ते जो तोहफा आ गया, पैसे आ गए, उन्होंने कहा जी पैसे छड्डो ते तोहफे छड्डो, ओ सानू एड्रेस दसो असली रहिंदी किथे है, सुभान अल्लाह, सानू एड्रेस दसो। लगे जी सामने मदीने शरीफ ते सामने आप दी रहिश है, कोई आया लेके चला गया, उम्र भर भी ना पा सका, खुदा की कसम बेलिया तेन मंगन का चज आ जाए, सही मंगन का चज, मंगन का तरीका बेलियो, मंगन का तरीका सीखिए, एक दूसरे के नाल हसद के नाल इज्जत नहीं मिलती, एक दूसरे नु क्रॉस करने इज्जत नहीं मिलती। खुदा की कसम अल्लाह की रहमत के दरवाजे खुले ने, अल्लाह की रहमत। ये मियां साहब बैठे ने, हुण असी लैब की बैठे, पता लगदा ही नहीं मियां साहब ओनर ने, पता लगदा ही नहीं ओनर ने, इस तरह का मजाज है, इस तरह का अखलाक है। ये जिंदा बंदा कोल जो मुलाजम हुंदा है।